ਡੈਡ ਫਾਦਰ ਸਾਹਿਬ ਰਫੀਕ ਮੁਹੰਮਦ ਮੈਂ ਇੱਕ ਮਿੰਟ ਮੈਂ ਇਹਨਾਂ ਨਾਲ ਇੱਕ ਕੁਐਸਚਨ ਕਰਨਾ ਚਾਹੂੰਗਾ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ। ਸਤਿ ਸ਼੍ਰੀ ਅਕਾਲ। ਸੋ ਕਿੱਦਾਂ ਦਾ ਲੱਗਦਾ ਜਦੋਂ ਹੁਣ ਮੁੰਡਾ ਨੂੰ ਤੁਸੀਂ ਦੇਖਦੇ ਹੋ ਹਨਾ ਚੈਨਲ ਦੇ ਉੱਪਰ, ਚੈਨਲਾਂ ਦੇ ਉੱਪਰ, ਟੀਵੀ ਦੇ ਉੱਪਰ ਗਾਉਂਦੇ ਨੂੰ ਦੇਖਦੇ ਹੋ, ਕਿੱਦਾਂ ਲੱਗਦਾ? ਬਹੁਤ ਹੀ ਵਧੀਆ ਲੱਗ ਰਿਹਾ ਜੀ, ਪੂਰਾ ਵਧੀਆ, ਪੂਰੀ ਖੁਸ਼ੀ ਹੁੰਦੀ ਹੈ ਜਦੋਂ ਦੇਖਦੇ ਹਾਂ ਜੀ। ਬਾਕੀ ਉਸ ਇਨਸਾਨ ਨੂੰ ਸਾਡੇ ਵੱਲੋਂ ਬਹੁਤ ਥੈਂਕ ਯੂ ਆ ਜਿਹਨੇ ਇਹਦੇ ਸਿਰ 'ਤੇ ਹੱਥ ਰੱਖਿਆ, ਸਰਦਾਰ ਗੈਰੀ ਸੰਧੂ ਜੀ ਨੇ। ਸਾਨੂੰ ਬਹੁਤ ਅੱਛਾ ਲੱਗਦਾ ਸੀ, ਉਹਨੂੰ ਬਹੁਤ ਦੁਆਵਾਂ ਦਿੰਦੇ ਜੀ ਦਿਲੋਂ। ਜਦੋਂ ਸਟਾਰਟਿੰਗ ਦੇ ਵਿੱਚ ਬਾਈ ਨੇ ਜਿਹੜੀ ਆ ਸਟੱਡੀ ਛੱਡਤੀ ਸੀ, ਇਸ ਲਾਈਨ ਵੱਲ ਆ ਗਿਆ ਸੀ, ਉਦੋਂ ਇੱਦਾਂ ਨਹੀਂ ਲੱਗਿਆ ਕਿ ਯਾਰ ਕਿੱਧਰ ਤੁਰਿਆ ਜਾਂਦਾ, ਤੂੰ ਸਟੱਡੀ ਕਰ, ਕੋਈ ਆਪਦੀ ਜੌਬ ਦੇਖ? ਜੌਬ ਤਾਂ ਇਹ ਸਾਨੂੰ ਪਹਿਲੇ ਦੱਸਦਾ ਸੀ, ਕਹਿੰਦਾ ਮੈਂ ਪੜ੍ਹਨਾ ਹੀ ਨਹੀਂ ਹੈਗਾ ਜੀ। ਹਾਂਜੀ ਹਾਂਜੀ, ਬਸ ਉਸ ਤੋਂ ਬਾਅਦ ਫਿਰ ਇਹ ਸਿੰਗਿੰਗ 'ਚ ਹੀ ਪੈ ਗਿਆ ਜੀ ਬਸ। ਇਹ ਮੇਰੇ ਮਾਮ ਨੇ ਅਨਬਰੀ ਬੇਗਮ, ਸੁਣੋ ਉਹਨਾਂ ਦੀ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਾਈ ਦੀ ਖਾਨ ਦੀ ਕੋਈ ਹਨਾ ਬਚਪਨ ਦੀ ਕੋਈ ਯਾਦ, ਬਚਪਨ ਦੀ ਕੋਈ ਆਦਤ? ਆਦਤ ਬਸ ਕੋਈ ਨਹੀਂ ਸੀ ਇਹਦੀ, ਵਧੀਆ ਹੀ ਸੀਗਾ, ਇਹ ਸੰਗਦਾ ਵੱਧ ਹੁੰਦਾ ਸੀ ਬੱਚਿਆਂ ਦੇ, ਇਲਤ ਕਰਦਾ ਸੀ ਤੇ ਕੁੱਟ ਪੈ ਜਾਂਦੀ ਸੀ ਜੀ। ਉਹ ਵਧੀਆ ਸੀ ਇਹਦੀ ਆਦਤ, ਐਂ ਨਹੀਂ ਸੀਗਾ ਵੀ ਇਲਤ ਜ਼ਿਆਦਾ ਕਰਦਾ ਸੀ, ਸੰਗਦਾ ਬਹੁਤ ਹੁੰਦਾ ਸੀਗਾ, ਜਿੱਥੇ ਬਿਠਾ ਦੇਣਾ ਮੈਂ ਉੱਥੇ ਬੈਠਾ ਰਹਿਣਾ, ਇਹਨੇ ਐਂ ਨਹੀਂ ਸੀ ਵੀ ਇਲਤ ਕਰਨੀ ਸੀ ਜਾਂ ਭੱਜਣਾ ਬੱਚਿਆਂ ਨਾਲ, ਉਹ ਕਰਨਾ ਨਹੀਂ, ਇੱਦਾਂ ਦਾ ਨਹੀਂ ਸੀਗਾ। ਪੜ੍ਹਨ ਜਾਂਦਾ ਸੀ ਵਧੀਆ, ਇੰਗਲਿਸ਼ ਸਕੂਲ ਚਲਾਇਆ ਹੋਇਆ ਸੀ, ਵਧੀਆ ਪੜ੍ਹਨ ਜਾਣਾ ਤਿਆਰ ਹੋ ਕੇ ਆਪਦੇ ਸਿਸਟਰਾਂ ਦੇ ਨਾਲ ਦੋਨਾਂ ਦੇ। ਹਾਂਜੀ, ਕੋਈ ਆਏ ਨਹੀਂ ਹੈਗਾ ਵੀ ਇਹਨੇ ਉਹ ਕਰਿਆ, ਤੰਗ ਕੀਤਾ ਮੈਨੂੰ ਜ਼ਿਆਦਾ ਤੰਗਦਾ, ਜਦ ਇਹਨੇ ਪੜ੍ਹਾਈ ਵਾਂਗੇ ਆਹ ਕੀਤਾ ਵੀ ਉਦੋਂ ਥੋੜ੍ਹਾ ਜਿਹਾ ਦੁੱਖ ਲੱਗਿਆ ਵੀ ਇਹ ਪੜ੍ਹਨੋਂ ਹਟ ਗਿਆ, ਫਿਰ ਵੀ ਫਿਰ ਮਨ ਨੂੰ ਐਂ ਹੋ ਗਿਆ ਵੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਆ ਬਸ ਉੱਦਾਂ ਅਸੀਂ ਮੰਨ ਲਿਆ। ਫਿਰ ਜਦੋਂ ਕਲਾਕਾਰੀ 'ਚ ਪੈ ਗਿਆ, ਬਣ ਗਿਆ ਸਿੰਗਰ, ਸਾਨੂੰ ਉਦੋਂ ਵੀ ਜ਼ਿਆਦਾ ਬਹੁਤ ਖੁਸ਼ੀ ਹੋ ਗਈ। ਬਸ ਧੰਨਵਾਦ ਕਰਦੇ ਗੈਰੀ ਸੰਧੂ ਦਾ ਅਸੀਂ ਬਹੁਤ ਜ਼ਿਆਦਾ, ਵੀ ਸਾਨੂੰ ਬੱਚੇ ਨੂੰ ਸਾਡੇ ਨੂੰ ਇੱਥੇ ਤੱਕ ਪਹੁੰਚਾਤਾ, ਕਲਾਕਾਰੀ ਦੇ ਵਿੱਚ ਇੱਥੇ ਤੱਕ ਨਾਂ ਬਣਾਤਾ ਇਹਦਾ, ਬਹੁਤ ਉਹ ਕਰ ਪ੍ਰਾਊਡ ਹੁੰਦਾ ਹੁਣ ਅੱਜ ਆਪਣੇ ਬੇਟੇ ਦੇ ਉੱਪਰ ਪ੍ਰਾਊਡ? ਹਾਂਜੀ ਹਾਂ, ਬਹੁਤ ਖੁਸ਼ੀ, ਅਸੀਂ ਉੱਡੇ ਫਿਰਦੇ ਹਾਂ, ਅਸੀਂ ਬਹੁਤ ਖੁਸ਼ ਹਾਂ ਅਸੀਂ ਇਸ ਗੱਲ ਤੋਂ ਜੀ, ਵੀ ਸਾਨੂੰ ਐਂ ਲੱਗਦਾ ਵੀ ਬਸ ਆਉਂਦਾ ਉਦੋਂ ਵੀ ਖੁਸ਼ੀ ਹੈ, ਜਾਂ ਜਾਂਦਾ ਉਦੋਂ ਵੀ ਖੁਸ਼ੀ ਹੈ, ਸਾਨੂੰ ਬਹੁਤ ਜ਼ਿਆਦਾ ਐਂ ਕੋਈ ਗੱਲ ਯਾਦ ਨਹੀਂ ਰਹਿੰਦੀ। ਇੱਕ ਸਾਂ ਤੇ ਬੇਟੀ ਉਹ ਹੋ ਗਈ, ਉਹ ਵੀ ਅਸੀਂ ਭੁੱਲ ਜਾਂਦੇ ਹਾਂ ਵੀ ਐਂ ਵੀ ਜਦ ਉਹ ਉਹ ਕਰਦੇ ਆ, ਅੱਜ ਉਹ ਹੁੰਦੀ ਸਾਨੂੰ ਬਹੁਤ ਖੁਸ਼ੀ ਹੁੰਦੀ, ਉਹਦੇ ਖਾਪਾ ਖੁਸ਼ੀ। ਥੈਂਕ ਯੂ ਜੀ।